ਦੇਖੋ, ਮੈਂ ਐਜ਼ ਅ ਲਾਅ ਅਬਾਈਡਿੰਗ ਸਿਟੀਜ਼ਨ, ਜਿਹੜਾ ਡੈਫਾਮੇਸ਼ਨ ਕੇਸ ਜਿਹਦੇ 'ਚ ਕੇਜਰੀਵਾਲ ਸਾਹਿਬ ਨੇ ਅਤੇ ਆਸ਼ੀਸ਼ ਖੈਤਾਨ ਸਾਹਿਬ ਨੇ ਮੇਰੇ ਤੋਂ ਮਾਫ਼ੀ ਮੰਗੀ ਸੀ, ਉਸ ਕੇਸ 'ਚ ਸਾਡੇ ਸੰਜੇ ਸਿੰਘ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਕੇਸ 'ਚ ਮੁਤਲਕ ਅੱਜ ਮੈਂ ਪੇਸ਼ ਹੋਇਆ ਸੀ। ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਅਤੇ ਮੈਂ ਅੱਜ ਆਉਣਗੇ ਅਤੇ ਮੈਂ ਉਹਨਾਂ ਦਾ ਪਤਾ ਪੁਤਾ ਲੈ ਲਾਂ, ਹਾਲ ਚਾਲ ਪੁੱਛ ਲਾਂ, ਔਰ ਇਹ ਵੀ ਪੁੱਛ ਲਾਂ ਕਿ ਭਾਈ ਮੇਰੇ ਯਾਰ ਦਾ ਕੇਜਰੀਵਾਲ ਦਾ ਉੱਥੇ ਕੀ ਹਾਲ, ਕਿਉਂਕਿ ਮੈਂ ਵੀ ਚਿੰਤਿਤ ਹਾਂ। ਕਹਿੰਦੇ 5-7 ਕਿਲੋ ਭਾਰ ਘੱਟ ਗਿਆ ਅੰਦਰ ਰਹਿ ਕੇ, ਅਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜਿਹਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ। ਔਰ ਅੱਜ ਕੋਰਟ ਨੇ, ਕਿਉਂਕਿ ਸੱਦਾ ਸੀ ਮੈਂ ਤਾਂ ਆਇਆ, ਉਹ ਜਨਾਬ ਆਏ ਨਹੀਂ, ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰੀ ਮਿਲ, ਮਗਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ, ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਇਆ ਹੌਲੀ ਹੌਲੀ। ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾ। ਹੋਰ ਦੱਸੋ ਜੀ, ਦੇਖੋ ਦੇਖੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਕਿਸਾਨੀ ਬਿੱਲ ਪਾਰਲੀਮੈਂਟ 'ਚ ਪੇਸ਼ ਹੋਏ ਸਨ, ਸ਼ਾਇਦ ਇਤਿਹਾਸ 'ਚ ਪਹਿਲਾ ਕੋਈ ਮਿਨਿਸਟਰ ਹੋਣਾ ਜਿਹਨੇ ਫਲੋਰ ਆਫ ਦਾ ਹਾਊਸ ਅਸਤੀਫਾ ਦੇ ਕੇ, ਆਪ ਦੀ ਉਸ ਵੇਲੇ ਦੀ ਸਰਕਾਰ 'ਚੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ 'ਚ ਖਲੋ ਕੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ, ਉਹਨਾਂ ਬਿੱਲਾਂ ਦੇ ਉਲਟ ਵੋਟ ਪਾਈ। ਔਰ ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ ਮੀਡੀਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕਿ ਜੀ ਸਮਝੌਤਾ ਹੋ ਗਿਆ, 8-5 ਹੋ ਗਿਆ, 7-6 ਹੋ ਗਿਆ, ਕੈਂਡੀਡੇਟ ਵੀ ਤੁਸੀਂ ਐਲਾਨ ਤੇ, ਮਗਰ ਤੁਸੀਂ ਵੇਖਿਆ ਕਿ ਸੁਖਬੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਔਰ ਕੋਰ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ, ਪੰਜਾਬ ਪੰਜਾਬੀ ਪੰਜਾਬੀਅਤ ਜਿੱਤਣੀ ਚਾਹੀਦੀ। ਔਰ ਇਹੀ ਕਾਰਨ ਸੀ ਜੋ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਜੋ ਕਿਸਾਨਾਂ ਨਾਲ ਭਾਜਪਾ ਦੀ ਸਰਕਾਰ ਨੇ, ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣੇ ਦੀ ਹੈ, ਜੋ ਸ਼ੁਭਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ, ਅਸੀਂ ਉਹਨਾਂ ਨਾਲ ਖਲੋਤੇ। ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ। ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰੀ ਨਹੀਂ 10-10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ, ਅਤੇ ਜਿਨ੍ਹਾਂ ਨੇ 84 ਅਤੇ ਜਿਹੜਾ ਅਟੈਕ ਹੋਇਆ ਸੀ ਸ਼੍ਰੀ ਦਰਬਾਰ ਸਾਹਿਬ ਉਸ ਦੇ ਵਜੋਂ ਕਾਂਗਰਸ ਦੇ ਖਿਲਾਫ ਕੋਈ ਕਦਮ ਚੁੱਕਿਆ, ਉਹਨਾਂ ਦੀ ਭਾਵਨਾਵਾਂ ਆਹਤ ਸਨ ਔਰ ਉਹਨਾਂ ਨੂੰ ਅੱਜ 28-28 ਸਾਲ ਹੋ ਗਏ ਫਾਂਸੀ ਦੇ ਤਖਤਿਆਂ 'ਤੇ, ਉਹਨਾਂ ਨੂੰ ਤੁਸੀਂ ਛੱਡਦੇ ਨਹੀਂ, ਪਰੋਲ ਮਿਲਦੀ ਨਹੀਂ। ਬਿਲਕਿਸ ਬਾਨੂ ਦੇ ਰੇਪਿਸਟ ਨੂੰ ਕਤਲ ਕਰਨ ਵਾਲਿਆਂ ਨੂੰ ਭਾਜਪਾ ਪਰੋਲ ਦਿੰਦੀ ਹੈ, ਬੰਦੀ ਸਿੰਘਾਂ ਨੂੰ ਦਿੰਦੀ ਨਹੀਂ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਦੋਹਰਾ ਮਾਪਦੰਡ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ। ਔਰ ਇਹ ਵੀ ਕਿਹਾ ਕਿ ਪੰਜਾਬ ਸਿਰਫ ਇਹ ਨਹੀਂ ਕਿ ਗੁਜਰਾਤ
ਤੇ ਮਹਾਰਾਸ਼ਟਰਾ ਦੇਸ਼ ਨਹੀਂ ਆ। ਜਦੋਂ ਜੰਗ ਹੁੰਦੀ ਹੈ ਤੇ ਇੱਥੇ ਪੰਜਾਬੀ ਭਰਾ ਦੇਸ਼ ਵਾਸਤੇ ਲੜਦੇ, ਕੁਰਬਾਨੀ ਪੰਜਾਬੀ ਦਿੰਦਾ। ਔਰ ਪੰਜਾਬ ਜੇ ਸਾਰਾ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਥਰੂ ਅਡਾਨੀ ਪੋਰਟ ਜਾਂ ਹੋਰ ਪੋਰਟਾਂ 'ਚ ਹੋ ਸਕਦਾ ਤਾਂ ਫਿਰ ਵਾਹਗਾ ਦਾ ਬਾਰਡਰ ਕਿਉਂ ਨਹੀਂ ਖੁੱਲ੍ਹਦਾ? ਕਿਉਂ ਪੰਜਾਬ ਨੂੰ? ਕਿਉਂਕਿ ਪੰਜਾਬ ਨੇ ਜੇ ਤਰੱਕੀ ਕਰਨੀ ਇਕਨੋਮਿਕਲੀ ਤਾਂ ਪੰਜਾਬ 'ਚੋਂ ਟ੍ਰੇਡ ਵਧਣਾ ਚਾਹੀਦਾ, ਕਨੈਕਟੀਵਿਟੀ ਵਧਣੀ ਚਾਹੀਦੀ। ਔਰ ਉਸ ਗੱਲ ਨੂੰ ਹਮੇਸ਼ਾ ਸੈਂਟਰ ਨੇ ਅਪੋਜ਼ ਕੀਤਾ। ਇਸ ਲਈ ਇਹ ਵੀ ਸਾਡਾ ਇੱਕ ਮੁੱਦਾ ਸੀ ਕਿ ਅਸੀਂ ਉਹਨਾਂ ਨਾਲ ਟਾਈ ਅਪ ਨਹੀਂ ਕੀਤਾ। ਸੇਮ ਵੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ 'ਚ ਉਸ ਵੇਲੇ ਭਾਜਪਾ ਦੀ MCD ਸਨ, ਉਹਨਾਂ ਨੇ ਢਾਇਆ। ਉਸ ਗੱਲ ਦੇ ਵਿਰੋਧ 'ਚ ਵੀ ਅਸੀਂ ਕਿਹਾ ਕਿ ਪਹਿਲਾਂ ਇਹ ਮਸਲੇ ਐਡਰੈਸ ਕਰੋ। ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਅਸੀਂ ਠੋਕ ਕੇ ਤੁਹਾਡੇ ਨਾਲ ਖਲੋਤੇ ਹਾਂ, ਮਗਰ ਅੱਜ ਜਿਹੜੀ ਗੱਲ ਹਾਈਕੋਰਟ ਨੇ ਵੀ ਕਹੀ ਪ੍ਰੀਤਪਾਲ ਦੇ ਮਸਲੇ ਨੇ ਕਿ 0 FIR ਕਿਉਂ, ਜਿਹਦੀਆਂ ਤੁਸੀਂ ਮੂੰਹ ਭੰਨਤਾ, ਸਾਰੀ ਹੱਡੀਆਂ ਤੋੜਤੀਆਂ, ਲੱਤਾਂ ਤੋੜਤੀਆਂ, ਬਾਹਾਂ ਤੋੜਤੀਆਂ। ਉਹ ਕਹਿੰਦਾ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਔਰ ਮੈਨੂੰ ਚੁੱਕ ਕੇ ਲੈ ਕੇ ਹਰਿਆਣੇ ਜਾ ਕੇ ਕੁੱਟਮਾਰ ਕੀਤੀ ਗਈ, ਅਤੇ ਪੰਜਾਬ ਨੇ ਫਿਰ 0 FIR ਕਿਉਂ ਦਰਜ ਕੀਤੀ? ਕਿਉਂ ਕੀਤੀ? ਕਾਰਨ ਇਹ ਸੀ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਜਿਹੜਾ ਚੀਫ ਮਿਨਿਸਟਰ ਹੈ ਪੰਜਾਬ ਦਾ, ਉਹ ਅਸਲ 'ਚ ਕੇਂਦਰ ਦਾ ਭਾਜਪਾ ਦਾ ਟਾਊਟ। ਅੱਜ ਵੀ ਤੁਸੀਂ ਵੇਖ ਲਓ ਕੇਜਰੀਵਾਲ ਸਾਹਿਬ ਦੇ ਜਾਇਦਾਦ ਦਾਸ ਨੂੰ ਤਾਂ ਦੁੱਖ ਹੋ ਸਕਦਾ, ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਡੇ ਆ। ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪਦੇ ਕੰਟਰੋਲ 'ਚ, ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ, ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ। ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਅਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ 'ਤੇ ਕੰਮ ਕਰਦਾ। ਅਸੀਂ ਚਾਹਵਾਂਗੇ ਕਿਸਾਨ ਭਰਾਵਾਂ ਨੂੰ, ਹਾਈਕੋਰਟ 'ਚ ਪ੍ਰੀਤਪਾਲ ਕਿਸਾਨ ਨੇ ਇਹ ਪਾਈ ਹੈ ਕਿ ਮੇਰੇ ਇਹ 0 FIR ਨਹੀਂ ਦਰਜ ਹੋਣੀ ਚਾਹੀਦੀ, ਸਹੀ FIR ਦਰਜ ਹੋਣੀ ਚਾਹੀਦੀ। ਪੰਜਾਬ ਸਹੀ FIR ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ 'ਚ ਨਹੀਂ ਕਰ ਰਹੀ, ਕਿਉਂਕਿ ਇਹ ਸਾਰੇ ਵਾਕਿਆ ਪੰਜਾਬ 'ਚ ਹੋਇਆ। ਇਸ ਲਈ ਭਗਵੰਤ ਮਾਨ ਹਰਿਆਣੇ ਦੀ ਸਰਕਾਰ ਭਾਜਪਾ ਅਤੇ ਕੇਂਦਰ ਦੀ ਭਾਜਪਾ ਦੇ ਸਰਕਾਰ ਨਾਲ ਰਲਿਆ, ਇਸ ਗੱਲ ਦੀ ਵੀ ਕਿਸਾਨ ਭਰਾ ਚਰਚਾ ਕਰਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਪੈਰਾਮਿਲਟਰੀ ਫੋਰਸ ਡਿਪਲਾਈ ਕੀਤੀ ਗਈ ਹੈ, ਲਗਾਤਾਰ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ, ਪਰ ਅੱਜ ਦਿਨ ਦਿਹਾੜੇ ਤਰਨ ਤਾਰਨ ਰੋਡ 'ਤੇ ਬੈਂਕ 'ਚ ਲੁੱਟ ਹੋਈ ਹੈ। 20 ਲੱਖ ਰੁਪਏ ਦੀ ਲੁੱਟ ਕਰਕੇ 4 ਲੁਟੇਰੇ ਬੜੇ ਆਰਾਮ ਦੇ ਨਾਲ ਫਰਾਰ ਹੋਣ 'ਚ ਕਾਮਯਾਬ ਹੋ ਗਏ, ਇਹੋ ਜਿਹੇ ਲਾਅ ਐਂਡ ਆਰਡਰ ਬਾਰੇ ਕੀ? ਦੇਖੋ, ਲਾਅ ਐਂਡ ਆਰਡਰ ਤਾਂ ਕਲੈਪਸ ਹੈ ਹੀ ਜੀ, ਭਗਵੰਤ ਮਾਨ ਦਾ ਇਹਦੇ 'ਚ ਕਿੱਡਾ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਬਾਰ ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਹਦੀ ਕਰੋਗੇ? ਰੋਜ਼ ਤਾਂ ਇੱਥੇ ਜੇਲ੍ਹਾਂ ਤੋਂ ਤਾਂ ਲਾਰੈਂਸ ਬਿਸ਼ ਨੂੰ ਇੰਟਰਵਿਊ ਦਿੰਦਾ, ਅਤੇ ਇਹ ਜਾ ਕੇ ਹਾਈਕੋਰਟ 'ਚ ਜਦੋਂ ਹਾਈਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੈਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ, ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ, ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ। ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਵਜਾ ਕੇ ਕਿ ਨਹੀਂ ਹੋਈ, ਕਿਉਂਕਿ ਇਹਨਾਂ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ, ਜੋ ਸਿੱਧੂ ਮੂਸੇਵਾਲੇ ਨਾਲ ਹੋਇਆ, ਜੋ ਪਟਿਆਲੇ 'ਚ ਕਾਲੀ ਦੇਵੀ ਮੰਦਿਰ ਦੇ ਜੋ ਉੱਥੇ ਹਾਲਾਤ ਬਣੇ, ਜਾਂ ਰੋਜ਼ ਲੁੱਟਾਂ ਖੋਹਾਂ ਦੇ ਫਰੌਤੀਆਂ ਦੇ ਕੇਸ ਚੱਲ ਰਹੇ, ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ। ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਹਾਂ, ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ 'ਚ ਦਿੱਤਾ, ਕਹਿੰਦੇ ਸੈਂਟਰ ਯੂਜ਼ਿੰਗ ED ਐਜ਼ ਅ ਵੈਪਨ ਟੂ ਸਾਇਲੈਂਸ ਓਪੋਜੀਸ਼ਨ। ਭਾਈ ਸੈਂਟਰ ਤਾਂ ED ਨੂੰ ਵਰਤਦਾ ਅਤੇ ਤੂੰ ਵਿਜੀਲੈਂਸ ਨੂੰ ਵਰਤਦਾ, ਅਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ। ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ SIT ਦੇ 6 ਚੀਫ ਬਦਲਤੇ, ਔਰ ਮੈਂ ਤੁਹਾਨੂੰ ਕਹਿੰਦਾ ਸੀ SIT ਦੇ ਹੱਕ 'ਚ ਕੁਛ ਨਹੀਂ, ਇਹ ਸਾਰਾ ਕੁਛ ਭਗਵੰਤ ਮਾਨ ਹੀ ਹੈ। ਔਰ ਕੱਲ੍ਹ ਉਹਨੇ ਆਪਦੇ ਇੰਟਰਵਿਊ 'ਚ ਮੰਨ ਲਿਆ, ਉਹਨੂੰ ਸਵਾਲ ਪੁੱਛਿਆ ਗਿਆ
ਕਿ ਸੈਡ ਲੀਡਰ ਬਿਕਰਮ ਸਿੰਘ ਮਜੀਠੀਆ ਇਜ਼ ਬੀਨ ਕੌਲ ਰਿਪੀਟਡਲੀ ਬਾਈ ਸਿੱਟ ਇਨ ਅ ਡਰੱਗ ਕੇਸ ਔਫ ਵਿੱਚ ਹੀ ਵਾਜ ਬੁੱਕਡ ਇਨ 21 ਬਟ ਵਾਈ ਹੈਵ ਦਾ ਅਥੋਰਿਟੀਜ਼ ਟੂ ਫੇਲ ਆ ਚਾਈ ਹੈਵ ਫੇਲ ਟੂ ਫਾਈਲ ਅ ਚਲਾਨ ਅਗੇਂਸਟ ਹਿਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਦ ਕੇਸ ਗੋਟ ਕੰਪਲੀਕੇਟਿਡ ਡਿਊਰਿੰਗ ਦ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ ਦੇਰ ਵਰ ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਧੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਅੱਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀ ਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲੀਗੈਲਿਟੀ ਵੱਡੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਓਪੋਜੀਸ਼ਨ ਅਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ 'ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤਾਂ ਚਲਾਨ ਵਿਲ ਡੈਫੀਨੇਟਲੀ ਬੀ ਪੁੱਟ ਅਪ ਮਤਲਬ ਕਿ ਚਲਾਨ SIT ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀਆਂ ਲੱਤਾਂ 'ਚ ਜਾਨ ਹੈ ਜਾਂ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲੀਟੀਕਲੀ ਮੋਟੀਵੇਟਡ ਕੰਮ ਚੱਲ ਰਿਹਾ ਜੋ ਕਹਿ ਰਿਹਾ ED ਬਾਰੇ ਉਹੀ ਤੂੰ ਕਰ ਰਿਹਾ ਹੋਮ ਮਿਨਿਸਟਰ ਤੂੰ ਚਲਾਨ ਫਾਈਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ IO ਵੇਖਦਾ ਮੁੱਖ ਮੰਤਰੀ ਨਹੀਂ ਵੇਖਦਾ ਇਸ ਲਈ ਆਹ ਹਾਲਾਤ ਜਦ ਪੰਜਾਬ ਦੇ ਵੀ ਕੁਛ ਇਹੋ ਜਿਹੇ ਬਣੇ ਆ ਐਵੇਂ ਪਿੱਟਣ ਦੇ ਮਗਰ ਅਸੀਂ ਤਾਂ ਠੋਕ ਵਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫਿਰ ਕਹਿੰਦਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪਦੀ ਐਡਾ ਬੇਸ਼ਰਮ ਬੰਦਾ ਆਪਦੀ ਧੀ ਨੂੰ ਪਛਾਣਨ ਤੋਂ ਹਟ ਗਿਆ ਫੋਟੋ ਥੱਲੇ ਕਰਤੀ ਤੁਹਾਡੇ ਪੱਤਰਕਾਰ ਨਾਲ ਹੀ ਇੱਕ ਇੰਟਰਵਿਊ ਸੀ ਉਹ ਫਿਰ ਉਹ ਧੀ ਭੈਣ ਨੇ ਜਿਹੜੀ ਇਹਦੀ ਸੀਰਤ ਨੇ ਫਿਰ ਉੱਥੋਂ ਜਿਹੜੀਆਂ ਇਹਨੂੰ ਲਾਹਨਤਾਂ ਪਾਈਆਂ ਕਿ ਤੈਨੂੰ ਭਾਂਜਾ ਕਹਿ ਤਾ ਭਾਂਜਾ ਇਹ ਮੇਰੀ ਭਾਂਜੀ ਹੈ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉੱਥੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹਦੀ SIT FIT ਕਿਸੇ ਤੋਂ ਕੱਖ ਨਹੀਂ ਫਿਰ ਤੁਸੀਂ ਅਕਸਰ ਇਹੋ ਜਿਹੇ ਨੂੰ ਤਾਂ ਮੈਂ ਇਹੋ ਜਿਹੇ ਨੂੰ ਨਾ ਝੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਮੈਂ ਤੁਸੀਂ ਅਕਸਰ ਸਿਆਸੀ ਭਵਿੱਖਬਾਣੀ ਕਰਦੇ ਹੋ ਅਜਿਹੇ ਜਦੋਂ ਭਗਵੰਤ ਮਾਨ 13-0 ਦਾ ਦਾਅਵਾ ਕਰ ਰਹੇ ਤੁਹਾਡੀ ਕੀ ਭਵਿੱਖਬਾਣੀ ਹੈ ਇਹਦੀ ਤਾਂ ਲੱਗ ਜੂ ਭਾਈ ਇਹਦੀ 0-13 ਤਾਂ ਹੋ ਜਾਣੀ ਇਹ ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਜੇ ਬਚੂ ਤਾਂ ਇੱਕ ਸ਼ਰਤ 'ਤੇ ਬਚੂ ਜੇ ਇਹ ਭਾਜਪਾ ਦਾ ਨੋਮੀਨੇਟਡ ਮੁੱਖ ਮੰਤਰੀ ਹੋਊ ਫਿਰ ਤਾਂ ਬਚ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ 'ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਅਤੇ ਉਹ ਕੁਲਤਾਰ ਸਿੰਘ ਸੰਧਵਾਂ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ 'ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋ ਤੁਹਾਡੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਗਰ ਤੁਹਾਡਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾਂ ਨਾ ਲੜਾਂ ਤੁਹਾਡੇ ਦਿਲਾਂ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ ਹਾਂ ਇਲੈਕਸ਼ਨ ਤੋਂ ਪਹਿਲਾਂ।